ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਜੈ ਗੁਰਦੇਵ, ਧੰਨ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਲਾਮ ਵਾਲੇਕਮ। ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਬਹਿਰਾਮ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜਿਸ ਦੇ ਵਿੱਚ ਇੱਕ ਦਰਬਾਰ ਹੈ ਜਿਸ ਦਾ ਬਹੁਤ ਜਾਣੀ ਕਿ ਘੱਟ ਸੰਗਤ ਨੂੰ ਇਸ ਦਰਬਾਰ ਬਾਰੇ ਜਾਣਕਾਰੀ ਹੈ। ਅੱਜ ਅਸੀਂ ਉਸ ਦਰਬਾਰ ਦੇ ਸੰਗਤ ਨੂੰ ਦਰਸ਼ਨ ਕਰਾਵਾਂਗੇ ਅਤੇ ਉਸ ਦਰਬਾਰ ਦੇ ਦਰਸ਼ਨ ਦਿਦਾਰੇ ਸੰਗਤ ਕਰੇ ਔਰ ਹੋਰ ਵੀ ਸੰਗਤ ਨੂੰ ਇਸ ਦਰਬਾਰ ਬਾਰੇ ਜਾਣਕਾਰੀ ਜਿਹੜੀ ਇਹ ਦੇਣ। ਇਹ ਦਰਬਾਰ ਪਿੰਡ ਬਹਿਰਾਮ ਬੰਗਿਆਂ ਵਾਲੀ ਸਾਈਡ ਤੋਂ ਜੇ ਆਪਾਂ ਆਈਏ ਤਾਂ ਉੱਥੋਂ 8 ਕਿਲੋਮੀਟਰ ਪੈਂਦਾ ਹੈ, ਜੇ ਫਵਾੜਾ ਸਾਈਡ ਤੋਂ ਆਈਏ ਤਾਂ ਉੱਥੋਂ 13 ਕਿਲੋਮੀਟਰ ਇਹ ਦਰਬਾਰ ਜਿਹੜਾ ਇਹ ਪੈਂਦਾ ਹੈ। ਚਲੋ ਸੰਗਤ ਜੀ, ਆਓ ਫਿਰ ਆਪਾਂ ਅੱਜ ਕਰਦੇ ਹਾਂ ਜੀ ਦਰਸ਼ਨ, ਆਓ ਚੱਲੀਏ ਆਪਾਂ ਦਰਬਾਰ 'ਤੇ ਅਤੇ ਨਾਲੇ ਤੁਹਾਨੂੰ ਉਸ ਦਰਬਾਰ ਦੇ ਵਲੀਆਂ ਦੇ ਨਾਮ ਦੱਸਾਂਗੇ ਉੱਥੇ ਜਾ ਕੇ ਜੀ। ਮੈਂ ਉਮੀਦ ਕਰਦਾ ਕਿ ਤੁਸੀਂ ਸਾਡੇ ਚੈਨਲ ਨੂੰ ਜਿਹੜਾ ਜ਼ਰੂਰ ਪਿਆਰ ਦਿਓਗੇ। ਆ ਜਾਓ ਤੁਹਾਨੂੰ ਹੁਣ ਦਰਬਾਰ ਦੇ ਜਿਹੜੇ ਬਾਹਰੀ ਦ੍ਰਿਸ਼ ਉਹ ਦਿਖਾਉਂ। ਸੰਗਤ ਜੀ, ਇਹ ਜਿਹੜਾ ਦਰਬਾਰ ਹੈ ਕੁੱਲਾ ਸ਼ਰੀਫ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇੱਥੇ ਦਾਤਾ ਜੀ ਨੇ ਕੁੱਲਾ ਬਣਾ ਕੇ 36 ਸਾਲ ਤਪ ਕੀਤਾ। ਅੱਜ ਆਪਾਂ ਜਿਸ ਦਰਬਾਰ ਤੇ ਆਏ ਹਾਂ ਉਸ ਦਰਬਾਰ ਦਾ ਇਤਿਹਾਸ ਬਹੁਤ ਸਾਰੀ ਸੰਗਤ ਨੂੰ ਨਹੀਂ ਪਤਾ ਕਿ ਸੰਗਤ ਦੇ ਇਹ ਜਿਹੜਾ ਦਰਬਾਰ ਹੈ ਰੂਬਰੂ ਕਰਾਇਆ ਜਾਵੇ। ਇਹ ਦਰਬਾਰ ਸੈਯਦੁਲ ਸ਼ੇਖ ਬਾਬਾ ਬਦੁੱਲੇ ਸ਼ਾਹ ਜੀ ਕਾਦਰੀ, ਜਿਸ ਵੇਲੇ ਉਹਨਾਂ ਦਾ ਲਾਸਟ ਸਮਾਂ ਅੰਤਮ ਟਾਈਮ ਸੀ 21 ਜੇਠ 1908 ਨੂੰ, ਉਹ ਇਸ ਦਰਬਾਰ ਤੇ ਜਿਹੜਾ ਸੰਗਤ ਨੂੰ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਸਨ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਇਸ ਦਰਬਾਰ ਦੇ ਦਰਸ਼ਨ ਕਰੋ। ਇਸ ਦਰਬਾਰ ਦੇ ਇਸੇ ਹੀ ਪਿੰਡ ਦੇ ਸਾਡੇ ਬਹੁਤ ਹੀ ਪਿਆਰੇ ਰਿਟਾਇਰਡ DSP ਬਾਬਾ ਗੁਰਦਿਆਲ ਜੀ, ਜਿਨ੍ਹਾਂ ਨੇ ਆਪਣੇ ਤਨ ਮਨ ਧਨ ਦੇ ਨਾਲ ਇਸ ਦਰਬਾਰ ਦੀ ਸੇਵਾ ਕਰਕੇ ਇਸ ਨੂੰ ਇਹ ਜਿਹੜਾ ਇਹ ਰੁੱਖ ਦਿੱਤਾ ਹੈ। ਵਿਸ਼ਰਾਮ ਘਰ ਬਾਬਾ ਫਤਿਹ ਸ਼ਾਹ ਕਾਦਰੀ, ਪਿੰਡ ਲਗੜੋਆ, ਮੁਰੀਦ ਬਾਬਾ ਅਬਦੁੱਲੇ ਸ਼ਾਹ ਜੀ ਕਾਦਰੀ, ਇਹ ਵਿਸ਼ਰਾਮ ਘਰ ਜਿਹੜੇ ਇਸ ਦਰਬਾਰ ਤੇ ਬਣਾਏ ਗਏ ਹਨ। ਸੰਗਤ ਜੀ, ਇਹ ਵੀ ਵਿਸ਼ਰਾਮ ਘਰ ਹੈ ਬਾਬਾ ਬੋਧ ਰਾਜ ਜੀ, ਗੜਮਾਲਾ ਗੱਦੀ, ਝੰਗ, ਪਾਕਿਸਤਾਨ। ਸੰਗਤ ਜੀ, ਇਹ ਉਹ ਵਿਸ਼ਰਾਮ ਘਰ ਹੈ ਜਿੱਥੇ ਦਾਤਾ ਅਲੀ ਅਹਿਮਦ ਸਾਵਰ ਜੀ ਆਣ ਕੇ ਬਹਿੰਦੇ ਸਨ। ਇਸ ਦਰਬਾਰ ਦੀ ਜਦੋਂ ਵੀ ਉਸਾਰੀ ਚੱਲਦੀ ਸੀ ਤਾਂ ਉਹ ਆਣ ਕੇ ਇੱਥੇ ਹੀ ਵਿਸ਼ਰਾਮ ਕਰਦਿਆ ਕਰਦੇ ਸਨ, ਦਾਤਾ ਅਲੀ ਅਹਿਮਦ ਜੀ ਸਾਵਰ। ਸੰਗਤ ਜੀ, ਇਹ ਵੀ ਵਿਸ਼ਰਾਮ ਘਰ ਬਾਬਾ ਗੁਲਾਮੀ ਸ਼ਾਹ ਜੀ ਬੰਗਿਆਂ ਵਾਲੇ, ਉਹਨਾਂ ਦੇ ਨਾਮ ਤੇ ਬਣਿਆ ਹੋਇਆ ਹੈ। ਸੰਗਤ ਜੀ, ਇਹ ਜਿਹੜਾ ਲੰਗਰ ਹਾਲ ਹੈ ਇਸ ਦਰਬਾਰ ਤੇ ਜਿਹੜਾ ਦਾਤਾ ਅਬਦੁੱਲੇ ਸ਼ਾਹ ਜੀ ਦੇ ਲੰਗਰ ਦੀ ਸੇਵਾ ਕਰਦੇ ਸਨ, ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਹਾਲ ਬਣਾਇਆ ਗਿਆ ਹੈ, ਕਰਮ ਬੀਬੀ ਲੰਗਰ ਹਾਲ। ਸਿਰਫ ਤੇ ਸਿਰਫ ਇਸੇ ਹੀ ਦਰਬਾਰ ਤੇ ਜਿਹੜਾ ਦਾਤਾ ਅਬਦੁੱਲੇ ਸ਼ਾਹ ਜੀ ਦਾ ਅੰਤਮ ਦਿਨ 21 ਜੇਠ 1908 ਨੂੰ ਇਸ ਦਰਬਾਰ ਤੇ 4-5 ਦਿਨ ਮੇਲਾ ਰਹਿੰਦਾ ਹੈ। ਬਹੁਤ ਹੀ ਸ਼ਾਨ ਸ਼ੌਕਤ ਦੇ ਨਾਲ ਜਿਹੜਾ ਇਹ ਮੇਲਾ ਹੁੰਦਾ ਹੈ। ਸੰਗਤ ਜੀ, ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਵੀਡੀਓ ਜਿਹੜੀ ਪਸੰਦ ਆਵੇਗੀ। ਇਸ ਵੀਡੀਓ ਦੇ ਵਿੱਚ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹਨ ਅਤੇ ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਵੀ ਦਬਾ ਦਿਓ। ਬਹੁਤ ਬਹੁਤ ਧੰਨਵਾਦ ਜੀ ਸੰਗਤ ਦਾ ਪਿਆਰ ਦੇਣ ਲਈ। ਹੋਰ ਵੀ ਵੀਡੀਓ ਲੈ ਕੇ ਅੱਗੇ ਤੁਹਾਡੇ ਨਾਲ ਮਿਲਾਂਗੇ ਜੀ ਬਹੁਤ ਜਲਦ। ਧੰਨਵਾਦ ਜੀ।